ਅੱਜ ਬੜੀ ਖੁਸ਼ੀ ਦੀ ਗੱਲ ਹੈ ਕਿ ਸਾਰੇ ਵਿਦਵਾਨ ਤੇ ਬੜੇ ਬੜੇ ਅੱਛਿਆਂ ਖਿਆਲਾਂ ਵਾਲੇ ਮਹਾਰਾਜ ਦੀ ਮਿਹਰ ਦੇ ਨਾਲ ਬਾਬਾ ਸ੍ਰੀ ਚੰਦ ਜੀ ਦੀ ਕਿਰਪਾ ਦੇ ਨਾਲ ਸਾਰੇ ਅਸੀਂ ਇੱਕ ਪੰਡਾਲ ਦੇ ਵਿੱਚ ਇਕੱਠੇ ਹੋ ਗਏ। ਇਹ ਐਸੀ ਖੁਸ਼ੀ ਦੀ ਚੀਜ਼ ਹੈ, ਇੱਕ ਬੜੀ ਭੁਲੇਖੇ ਵਾਲੀ ਜਿਹੜੀ ਚੀਜ਼ ਸੀ ਉਹਦੀਆਂ ਸਾਰੀਆਂ ਹੀ ਦੁਆਰਾ ਖਤਮ ਹੋ ਗਈਆਂ। ਬਾਬਾ ਸ੍ਰੀ ਚੰਦ ਜੀ ਕੀ ਸੀ, ਮੇਰੇ ਗੱਲ ਤੁਸੀਂ ਕੱਲ ਦੇ ਸੁਣੀ ਜਾਂਦੇ ਜੇ ਕਿ ਬਾਬਾ ਸ੍ਰੀ ਚੰਦ ਕਿੰਨੇ ਮਿਸ਼ਨ ਦੇ ਨਾਲ ਪਿਆਰ ਕਿੰਨਾ। ਜਦੋਂ ਬਾਬਾ ਜੀ ਦਾ ਆਰਤਾ ਪੜ੍ਹਨੇ ਉਦੋਂ ਮਹਿਸੂਸ ਹੁੰਦਾ ਹੈ ਕਿ ਬਾਬਾ ਸ੍ਰੀ ਚੰਦ ਜੀ ਗੁਰੂ ਨਾਨਕ ਸਾਹਿਬ ਨੂੰ ਸਰਵ ਵਿਆਪੀ ਕਰਕੇ ਪੂਜਦੇ ਰਹੇ, ਉਹਨਾਂ ਨੂੰ ਨਿਰਾਕਾਰ ਕਰਕੇ ਪੂਜਦੇ ਰਹੇ। ਜਿਵੇਂ ਮਹਾਰਾਜ ਆਹ ਵੀ ਫਰਮਾਉਂਦੇ ਨੇ ਕਿ ਆਪੇ ਸੂਖਮ ਆਪੇ ਅਸਤੂਲਾ, ਲਿਖੀ ਨਾ ਜਾਏ ਨਾਨਕ ਲੀਲਾ। ਬਾਬਾ ਸ੍ਰੀ ਚੰਦ ਜੀ ਉਸ ਆਪਦੇ ਪਿਤਾ ਨੂੰ ਅਸਤੂਲ ਰੂਪ ਚ ਵੇਖਦੇ ਸੀ, ਪਰ ਜਿਹੜਾ ਉਹਨਾਂ ਦੇ ਅੰਦਰ ਬ੍ਰਹਮ ਸੀ ਉਸ ਰੂਪ ਚ ਮੰਨਦੇ ਸੀ। ਇਸ ਕਰਕੇ ਮਹਾਰਾਜ ਦੀ ਮਿਹਰ ਦੇ ਨਾਲ ਅੱਜ ਬੜੀ ਖੁਸ਼ੀ ਹੈ ਕਿ ਸਾਰੇ ਆਪਾਂ ਇਕੱਠੇ ਹੋਏ ਹਾਂ ਤੇ ਹਰ ਕਿਸੇ ਨੇ ਕਿਹਾ ਕਿ ਇੱਥੇ ਆਹ ਬਣਨਾ ਚਾਹੀਦਾ ਆਹ ਬਣਨਾ ਚਾਹੀਦਾ ਹੈ। ਅਸਲ ਚੀਜ਼ ਕੀ ਹੈ, ਗੋਬਿੰਦ ਸਦਨ ਮੇਰਾ ਨਹੀਂ, ਗੋਬਿੰਦ ਸਦਨ ਹੈ ਹੀ ਮਹਾਰਾਜ ਦਾ, ਜੋ ਤੁਹਾਡੀ ਮਰਜ਼ੀ ਬਣਾਈ ਜਾਓ ਕਿ ਉਹ ਗੋਬਿੰਦ ਸਦਨ ਮੇਰਾ ਨਹੀਂ, ਇਹ ਹੈ ਹੀ ਗੁਰੂ ਸਾਹਿਬ ਦਾ ਤੇ ਇੱਥੇ ਸਾਰੀਆਂ ਚੀਜ਼ਾਂ ਹੀ ਗੁਰੂ ਸਾਹਿਬ ਦੀਆਂ ਬਣਾ ਦਿਓ। ਕਿਉਂ ਮੇਰੀ ਅੰਦਰ ਦੀ ਹਰ ਵੇਲੇ ਖਾਸ਼ ਰਹਿੰਦੀ ਹੈ ਕਿ ਕੋਨੇ ਕੋਨੇ ਦੇ ਵਿੱਚ ਪੱਤੇ ਪੱਤੇ ਦੇ ਵਿੱਚ ਜੋ ਮਹਾਰਾਜ ਦੇ ਲਫ਼ਜ਼ ਨੇ, ਜੋ ਮਹਾਰਾਜ ਦਾ ਭਵਿੱਖ ਹੈ, ਜੋ ਮਹਾਰਾਜ ਦਾ ਗੋਲ ਹੈ, ਸਾਰੀ ਦੁਨੀਆਂ ਦੇ ਹਿਰਦੇ ਦੇ ਵਿੱਚ ਰਹਿ। ਸਭ ਤੋਂ ਵੱਡੀ ਚੀਜ਼ ਇਹ ਆ ਕਿ ਮਹਾਰਾਜ ਖੁਦ ਕਹਿੰਦੇ ਨੇ ਕਿ ਮਨ ਤਨ ਤਨ ਸੌ ਗੁਰੂ ਤੋਂ ਹੁਕਮ ਮੰਨਿਆ ਪਾਈਏ। ਹਰ ਵੇਲੇ ਅਰਦਾਸ ਕਰੇ ਦੀ ਸੱਚੇ ਪਾਤਸ਼ਾਹ ਮਨ ਨੂੰ ਵੀ ਕੰਟਰੋਲ ਚ ਰੱਖ, ਤਨ ਨੂੰ ਵੀ ਕੰਟਰੋਲ ਚ ਰੱਖ, ਮਹਾਰਾਜ ਸਭ ਕੁਛ ਹੀ ਤੁਹਾਡਾ ਹੈ ਪਰ ਬਖਸ਼ਾ ਕਰਦੇ ਰਹੋ ਤੇ ਤੁਹਾਡੇ ਸੇਵਾਦਾਰ ਬਣ ਕੇ ਸਦਾ ਹੀ ਦੁਨੀਆਂ ਦੇ ਵਿੱਚ ਰਹੀਏ। ਇਸ ਕਰਕੇ ਮਹਾਰਾਜ ਦੀ ਮਿਹਰ ਦੇ ਨਾਲ ਅਸੀਂ ਜੇ ਸਹੀ ਤਰੀਕੇ ਨਾਲ ਸੋਚੀਏ ਤੇ ਖਿਆਲ ਸਾਡੇ ਕੰਟਰੋਲ ਚ ਨਹੀਂ, ਬਾਡੀ ਸਾਡੇ ਕੰਟਰੋਲ ਚ ਨਹੀਂ, ਮੌਤ ਸਾਡੇ ਕੰਟਰੋਲ ਚ ਨਹੀਂ, ਕੋਈ ਵੀ ਚੀਜ਼ ਸਾਡੇ ਕੰਟਰੋਲ ਚ ਨਹੀਂ, ਪਰ ਜਿਹਨਾਂ ਨੂੰ ਗਿਆਨ ਹੋਇਆ ਹੈ ਉਹ ਮੰਨ ਗਏ ਤੇ ਜਿਹੜੇ ਥੋੜੇ ਜਿਹੇ ਕਮਲੇ ਆਦਮੀ ਨੇ ਉਹ ਆਂਦਾ ਆਹ ਵੀ ਮੇਰਾ ਆਹ ਵੀ ਮੇਰਾ ਆਹ ਵੀ ਮੇਰਾ, ਪਰ ਸਾਡਾ ਕੁਛ ਕਿਉਂ, ਸਾਡਾ ਸਰੀਰ ਵੀ ਆਪਦਾ ਨਹੀਂ, ਸਾਡੇ ਖਿਆਲ ਵੀ ਕਿਸੇ ਹੋਰ ਕੰਟਰੋਲ ਚ ਨੇ। ਤੇ ਅੱਜ ਬੜੀ ਖੁਸ਼ੀ ਦੀ ਗੱਲ ਹੈ ਕਿ ਜਿਹੜੇ ਸਾਰੇ ਆਏ ਕਿ ਬਾਬਾ ਸ੍ਰੀ ਚੰਦ ਜੀ ਇੰਨੀ ਵੱਡੀ ਹਸਤੀ ਇੰਨੇ ਮਿਹਰਬਾਨ ਨੇ, ਹੋ ਸਕਦਾ ਕਿ ਸਾਰਿਆਂ ਤੇ ਅੱਜ ਉਹਨਾਂ ਨੇ ਮਿਹਰਾਂ ਕਰਕੇ ਬਖਸ਼ਾਂ ਕਰਕੇ ਤੇ ਸਾਰੇ ਹੀ ਐਬ ਗੁਣ ਸਾਰੇ ਹੀ ਛੱਡ ਗਏ ਤੇ ਉਹ ਮਿਹਰ ਦੇ ਘਰ ਜਾਏ, ਜੋ ਸਦ ਬਖਸ਼ਿੰਦ ਸਦਾ ਮਿਹਰਬਾਨਾ ਉਹ ਐਬ ਗੁਣ ਨਹੀਂ ਚਿਤਾਰਦਾ। ਇਹ ਆਪਾਂ ਨੂੰ ਸਮਝਣਾ ਚਾਹੀਦਾ ਹੈ ਕਿ ਨਾ ਗੁਰੂ ਕਿਸੇ ਦੀ ਨਿੰਦਿਆ ਕਰਦਾ ਹੈ ਤੇ ਨਾ ਸਿਫਤ ਕਰਦਾ। ਮਹਾਰਾਜ ਗੁਰੂ ਕਲਜੀ ਦਾ ਫਰਮਾਨ ਕਰਦੇ ਨੇ ਆਪੇ ਝਗੜੇ ਕਰੇ, ਆਪੇ ਝਗੜੇ ਚ ਕਹਿ ਪਾਉਂਦਾ ਤੇਰੀ ਲੀਲਾ ਹੈ, ਤੂੰ ਕਦੀ ਝਗੜਿਆਂ ਦਾ ਤਮਾਸ਼ਾ ਬਣਾ ਦਿੰਦਾ ਕਦੀ ਸੁਲਾ ਕਰਾਉਣ ਆ ਜਾਂਦਾ। ਤੇ ਇਸ ਕਰਕੇ ਮਹਾਰਾਜ ਦੀ ਮਿਹਰ ਨਾਲ ਬਾਬਾ ਸ੍ਰੀ ਚੰਦ ਜੀ ਕੀ ਸੀ ਇਹਦਾ ਤੁਸੀਂ ਸਾਰੇ ਸਮਝ ਹੀ ਗਏ। ਗੁਰੂ ਸਾਹਿਬ ਦਾ ਜਾਣਾ, ਬਾਬਾ ਜੀ ਦਾ ਆਦਰ ਕਰਨਾ, ਇਹਦਾ ਮਤਲਬ ਇਹ ਕਿ ਗੁਰੂ ਨਾਨਕ ਸਾਹਿਬ ਬਾਬਾ ਸ੍ਰੀ ਚੰਦ ਦੇ ਬੜੇ ਮਿਹਰਬਾਨ, ਬੜੇ ਬਖਸ਼ਣਹਾਰ ਸੀ ਕਿ ਉਹਨਾਂ ਦਾ ਹੁਕਮ ਮੰਨਦੇ ਸੀ। ਗੁਰੂ ਨਾਨਕ ਸਾਹਿਬ ਜਿਸ ਵੇਲੇ ਆ ਕੇ ਕੀ ਕਹਿੰਦੇ ਨੇ, ਨਾਨਕ ਦੇ ਕਰ ਕੇਵਲ ਨਾਮ ਆਉਂਦੇ ਨੇ, ਕਲੂ ਆਇਆ ਨਾਮ ਬੋਵੋ, ਵੀ ਕਿਤੇ ਉਹ ਭਾਗਾਂ ਵਾਲੀ ਘੜੀ ਹੋਵੇਗੀ ਕਿ ਜਦੋਂ ਛੋਟਾ ਜਿਹਾ ਘਰ ਬੱਚਾ ਸਮਾਧੀ ਲਾਉਂਦਾ ਹੋਵੇਗਾ, ਨਾਮ ਦੀਆਂ ਗੱਲਾਂ ਕਰਦਾ ਹੋਵੇਗਾ, ਉਹ ਜੋ ਦਰਸ਼ ਵੇਖੀਦਾ ਕਿ ਗੁਰੂ ਨਾਨਕ ਸਾਹਿਬ ਕਿੰਨੇ ਖੁਸ਼ ਹੁੰਦੇ ਹੋਣਗੇ ਕਿ ਮੇਰੇ ਹੁਕਮ ਦੀ ਪਾਲਣਾ ਮੇਰੇ ਘਰ ਚ ਹੀ ਪਹਿਲਾਂ ਸ਼ੁਰੂ ਹੋ ਗਈ। ਇਸ ਕਰਕੇ ਮਹਾਰਾਜ ਦੀ ਮਿਹਰ ਦੇ ਨਾਲ ਨਾਮ ਜਪਣ ਦੇ ਨਾਲ ਕੀ ਹੁੰਦਾ ਹੈ, ਮਹਾਰਾਜ ਕਹਿੰਦੇ ਨੇ ਗੁਰਮਾਰ ਕੱਢੀਆਂ ਬਰਿਆਈਆਂ, ਉਹਦਾ ਸ਼ਬਦ ਹੈ ਉਹ ਬਰਿਆਈਆਂ ਕੱਢ ਦਿੰਦਾ ਹੈ। ਜਿਵੇਂ ਗੁਰੂ ਪੰਜਵੇਂ ਪਾਤਸ਼ਾਹ ਕਹਿੰਦੇ ਨੇ, ਮੈਂ ਇੱਕ ਗਰੀਬਾ ਉਹ ਪੰਜ ਮੁਖਾਦੀ, ਰਾਖੋ ਰਾਖਣ ਹਾਰੇ ਖੇਲ ਕਰੇ ਹਰ ਬਹੁਤ ਸਦਾਏ, ਖੇਲ ਕਰਦੇ ਨੇ ਪੰਜੇ ਖਿੱਚਦੇ ਨੇ। ਫਿਰ ਮਹਾਰਾਜ ਕਹਿੰਦੇ ਨੇ ਕਿ ਉਹ ਪੰਜੇ ਕਿਵੇਂ ਦੂਰ ਜਾਣਗੇ, ਮੈਂ ਸਾਈਂ ਦਾ ਪਹਿਲ ਵਾਲੜਾ ਮਿਲ ਹੋਇਆ ਉਸ ਵਾਲੜਾ, ਗੁਰ ਥਾਪੀ ਦਿੱਤੀ ਕੰਡ ਜੀ, ਉਹ ਕਿਹੜੀ ਥਾਪੀ ਗਿਆਨ ਦੀ, ਕਿਹੜੀ ਥਾਪੀ ਨਾਮ ਦੀ। ਫਿਰ ਮਹਾਰਾਜ ਕਹਿੰਦੇ ਨੇ ਮੈਂ ਹੱਥੇ ਪੰਜ ਜਵਾਨ ਜੀ, ਉਹ ਪੰਜੇ ਢਾਲ ਹੈ ਤੇ ਜੈ ਜੈਕਾਰ ਗਿਆਨ ਦੀ ਹੋ। ਇਸ ਕਰਕੇ ਨਾਮ ਜਪਣਾ
ਇਹਨਾਂ ਲਾਜ਼ਮੀ ਨੇ ਜਿਵੇਂ ਸਰੀਰ ਨੂੰ ਆਪਾਂ ਖੁਰਾਕ ਦੇ ਕੇ ਜਿੰਦਾ ਰੱਖਣਾ। ਮਹਾਰਾਜ ਕਹਿੰਦੇ ਨਹੀਂ ਕਿ ਇਹ ਬਾਡੀ ਸਾਡੀ ਤਾਂ ਬਾਹਰ ਦੀਆਂ ਖੁਰਾਕਾਂ ਮੰਗਦੀ ਹੈ, ਤੇ ਨਾਮ ਕਿਹੜੀ ਖੁਰਾਕ ਮੰਗਦਾ ਹੈ? ਨਾਮ ਦੀ ਖੁਰਾਕ ਮੰਗਦਾ। ਮਹਾਰਾਜ ਨਾਮ ਦੀ ਖੁਰਾਕ ਮਨ ਨੂੰ ਦਿਓ। ਕਿਉਂ? ਮਨ ਕਾ ਤੋਸਾ ਹਰ ਨਾਮ ਹੈ। ਮਹਾਰਾਜ ਦਾ ਮਨ ਦਾ ਤੋਸਾ ਕੀ ਹੈ? ਨਾਮ ਹਰੀ ਦਾ, ਵਾਹਿਗੁਰੂ ਦਾ ਨਾਮ। ਜਦੋਂ ਅਸੀਂ ਮਨ ਨੂੰ ਦਿਆਂਗੇ ਤੇ ਮਨ ਕੀ ਹੋ ਜਾਏਗਾ? ਉਹ ਬੜੀ ਪਵਿੱਤਰ ਸਾਡੇ ਖਿਆਲ ਬਣ ਜਾਣਗੇ, ਧਰਮ ਵਾਲੇ ਖਿਆਲ ਬਣ ਜਾਣਗੇ, ਸੇਵਾ ਵਾਲੇ ਖਿਆਲ ਬਣ ਜਾਣਗੇ, ਤਿਆਗ ਵਾਲੇ ਖਿਆਲ ਬਣ ਜਾਣਗੇ। ਤੇ ਜੇ ਅਸੀਂ ਨਾਮ ਨਾ ਜਪੀਏ, ਗੁਰੂ ਸਾਹਿਬ ਦੀ ਫੇਤ ਨਾ ਰੱਖੀਏ, ਫਿਰ ਕੀ ਹੋਏਗਾ? ਫਿਰ ਸਾਡਾ ਮਨ ਚੇਂਜ ਨਹੀਂ ਆਏਗਾ। ਜਿਵੇਂ ਆਪ ਭਗਵਾਨ ਕੇ ਕਹਿ ਦਿੰਦਾ ਹੈ, ਬਾਬਾ ਸਿੱਖਾਂ ਦੇ ਬੜੀ ਭੀੜ ਹੈ, ਉਸ ਮਨ ਇੱਕਦਮ ਖਿਆਲ ਕਰਦਾ ਹੈ, ਤੁਹਾਨੂੰ ਗੁਰੂ ਚ ਫੇਤ ਨਹੀਂ। ਗੁਰੂ ਸਾਹਿਬ ਨੇ ਵਾਅਦਾ ਕੀਤਾ ਹੈ, ਜੇ ਤੂੰ ਮੇਰਾ ਹੋ ਜਾਏ ਸਭ ਜਗ ਤੇਰਾ ਹੋਏ, ਸਾਹਿਬ ਨੇ ਅੱਖੀ ਫੇਰੀਆਂ ਵੈਰੀ ਕੁੱਲ ਜਹਾਨ। ਇੱਥੋਂ ਨਜ਼ਰ ਆ ਰਿਹਾ ਹੈ ਕਿ ਸਾਹਿਬ ਤੁਹਾਡੇ ਦੇ ਅੱਖੀ ਫੇਰੀਆਂ ਕਿਉਂ ਨੇ? ਤੁਸੀਂ ਸਾਹਿਬ ਦਾ ਨਾਮ ਵਰਤਿਆ, ਤੁਸੀਂ ਸਿਰਫ ਗੁਰੂ ਗ੍ਰੰਥ ਸਾਹਿਬ ਨੂੰ ਨਾਰਿਆਂ ਚ ਲੈ ਗਏ, ਤੁਸੀਂ ਬੋਲਣ ਚ ਲੈ ਗਏ, ਗੁਰੂ ਗ੍ਰੰਥ ਸੀ ਮਾਨਿਓ, ਪ੍ਰਗਟ ਗੁਰਾਕੀ ਦੇ, ਪਰ ਮੰਨਣਾ ਨਹੀਂ। ਦਿਓਰਾ ਪੜ੍ਹ ਕੇ ਤੇ ਫਿਰ ਝੂਠ ਬੋਲ ਦੇਣਾ, ਦਿਓਰਾ ਪੜ੍ਹ ਕੇ ਫਿਰ ਨਿੰਦਿਆ ਕਰ ਦੇਣੀ, ਦਿਓਰਾ ਪੜ੍ਹ ਕੇ ਫਿਰ ਗੁਰੂ ਗ੍ਰੰਥ ਸਾਹਿਬ ਦੀ ਨਿਆਦਰੀ ਕਰ ਦੇਣੀ। ਸਾਖੀ ਆਉਂਦੀ, ਹਜ਼ਰਤ ਮੁਹੰਮਦ ਸਾਹਿਬ ਬੈਠੇ ਸੀ, ਅਬੂ ਬਕਰ ਥੋੜਾ ਉੱਚੀ ਬੋਲ ਗਿਆ ਤੇ 15 ਮਿੰਟ ਜਾ ਕੇ ਕਰ ਰੋਂਦਾ ਰਿਹਾ, ਤੋਬਾ ਤੋਬਾ ਕਰਦਾ ਰਿਹਾ। ਤੇ ਹਜ਼ਰਤ ਮੁਹੰਮਦ ਸਾਹਿਬ 15 ਮਿੰਟਾਂ ਬਾਅਦ ਸੱਦਦੇ ਨੇ, ਅਬੂ ਬਕਰ ਕੌਣ ਸੀ? ਉਹਨਾਂ ਦਾ ਸਹੁਰਾ ਵੀ ਸੀ, ਚੌਥਾ ਯਾਰ ਵੀ ਸੀ। 15 ਦਿਨਾਂ ਬਾਅਦ ਆਇਆ ਤੇ ਸੱਦਿਆ, ਤੋਬਾ ਤੋਬਾ ਕਰੀ ਜਾਏ। ਤੇ ਉਹਨੇ ਕਿਹਾ, ਕੀ ਗੱਲ? ਕਹਿੰਦਾ, ਯੂਥ, ਆਪ ਦੀ ਕਲਾਮ ਨਾਲ ਮੇਰੀ ਵੱਡੀ ਕਲਾਮ ਹੋ ਗਈ, ਕੋਈ ਬਦਤਮੀਜ ਨਹੀਂ ਹੋਇਆ? ਤੇ ਮੈਂ ਨਾ ਧੰਨ ਗੁਰੂ ਗ੍ਰੰਥ ਸਾਹਿਬ ਏ, ਧੰਨ ਗੁਰੂ ਗੋਬਿੰਦ ਸਿੰਘ ਏ, ਤੁਸੀਂ ਇੰਨਾ ਗਲਤ ਮਟਾ ਮਚਾਉਂਦੇ ਜੇ, ਉਹਦੇ ਲਈ ਪਿੱਛਾ ਕੀਤਾ ਹੁੰਦਾ ਹੈ ਤੇ ਟੁੱਟਲ ਜੇ ਲੋਕਾਂ ਵੱਲੇ ਹਾਰ ਪਾਈਆਂ ਨੇ ਜੇ ਬੈਠੇ, ਇਹਦਾ ਮਤਲਬ ਕੀ ਹੈ ਕਿ ਰੱਜ ਕੇ ਬਿਆਦਰੀ ਕਰਨੀ? ਫਿਰ ਖਾਤੇ ਵਿੱਚ ਕੀ ਹੋਣਾ ਹੈ? ਵੱਡੇ ਵੱਡੇ ਸਥਾਨ ਦੇ ਦੇਣੇ ਲੋਕਾਂ ਨੂੰ ਤੇ ਗੁਰੂ ਗ੍ਰੰਥ ਸਾਹਿਬ ਥੱਲੇ ਬਿਠਾ ਦੇਣਾ। ਇਹਦਾ ਮਤਲਬ ਇਹ ਕਿ ਮੇਰਾ ਖਿਆਲ ਹੈ ਜਿਹੜੀ ਨਿਆਦਰੀ ਏ ਇਸ ਲਈ ਇੰਨੀ ਜ਼ਿਆਦਾ ਉਹਦੀ ਹੱਡ ਟੁੱਟ ਗਈ ਏ ਕਿ ਹੋ ਸਕਦਾ ਕਿ ਮਨ ਦੇ ਦਿਲ ਵੀ ਦੁੱਖ ਗਿਆ ਹੋਵੇ। ਇਸੇ ਕਰਕੇ ਜੋ ਹਾਲਾਤ ਹੋ ਰਹੇ ਨੇ, ਜੋ ਕੁਛ ਹੋਇਆ ਹੈ, ਇਹ ਮਹਾਰਾਜ ਨੇ ਥੋੜ੍ਹਾ ਜਿਹਾ ਇਸ਼ਾਰਾ ਦਿੱਤਾ ਹੈ ਕਿ ਬੇਟਾ ਸਮਝੋ, ਤੁਸੀਂ ਮੇਰੇ ਨਾਲ ਹੀ ਜੇ, ਮੈਥੋਂ ਵੱਖਰੇ ਹੋ ਗਏ, ਵੇਖੋ ਤੁਹਾਡਾ ਕੋਈ ਵਾਲੀ ਵਾਰਸ ਨਹੀਂ, ਇੱਕ ਸਬੂਤ ਮਿਲ ਗਿਆ ਬਹੁਤ ਵੱਡਾ। ਇਸ ਕਰਕੇ ਗੁਰੂ ਨਾਨਕ ਸਾਹਿਬ ਨੂੰ, ਗੁਰੂ ਗੋਬਿੰਦ ਸਿੰਘ ਨੂੰ ਆਪਣੇ ਹਿਰਦੇ ਦੇ ਅੰਦਰ ਪਰੋ ਲਓ। ਜੇ ਮਹਾਰਾਜ ਕਹਿੰਦੇ ਨੇ ਜਾਰਾ ਜਹੂਰੇ ਕਿ ਹਾਜ਼ਰ ਹਜੂਰੇ, ਉੱਥੇ ਮੰਨੋ ਕਿ ਜਾਰਾ ਸਮਝੋ ਤੇ ਹਾਜ਼ਰ ਵੀ ਸਮਝੋ। ਇਸ ਕਰਕੇ ਜਿੱਥੇ ਗੁਰੂ ਗੋਬਿੰਦ ਸਿੰਘ ਦਾ ਸਵਾਲ ਹੈ, ਬਾਬਾ ਸ੍ਰੀ ਚੰਦ ਜੀ ਦਾ ਸਵਾਲ ਹੈ, ਹੁਣ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਕਹਿੰਦੇ ਨੇ ਜਵੇ ਹਰੀ, ਥਲੇ ਹਰੀ, ਉਫੇ ਹਰੀ, ਗਿਰੇ ਹਰੀ, ਉਰੇ ਹਰੀ। ਮਹਾਰਾਜ ਕਹਿੰਦੇ ਨੇ ਜਿਹੜਾ ਮੇਰਾ ਰੱਬ ਹੈ, ਉਹ ਸਮੁੰਦਰਾਂ ਦਾ ਵੀ ਰੱਬ ਹੈ, ਉਹ ਜੰਗਲਾਤ ਦਾ ਵੀ ਰੱਬ ਹੈ, ਉਹ ਧਰਤੀਆਂ ਦਾ ਵੀ ਰੱਬ ਹੈ, ਉਹ ਇਨਸਾਨਾਂ ਦੇ ਹਿਰਦਿਆਂ ਦਾ ਵੀ ਰੱਬ ਹੈ। ਅਸੀਂ ਕਰਨੇ ਚਾਰ ਦੁਆਰੀ ਦੇ ਅੰਦਰ ਗੁਰੂ ਸਾਹਿਬ ਦਾ ਪ੍ਰੋਗਰਾਮ ਚਲਾਉਣਾ ਚਾਹੁੰਦੇ ਹਾਂ, ਔਰ ਸਮੁੰਦਰ ਫਲੱਡ ਦੇ, ਉਹ ਨੂਰ ਦਾ ਫਲੱਡ ਆਉਣਾ ਹੀ ਆਉਣਾ, ਤੁਸੀਂ ਕਿੰਨਾ ਚਿਰ ਘੇਰ ਕੇ ਰੱਖੋ। ਗੁਰੂ ਸਾਹਿਬ ਦੇ ਨਾਲ ਅਸੀਂ ਨਿੰਦਿਆ ਨਹੀਂ ਕਰਾਂਗੇ, ਗੁਰੂ ਸਾਹਿਬ ਦੇ ਨਾਲ ਅਸੀਂ ਚੋਰੀ ਨਹੀਂ ਕਰਾਂਗੇ, ਗੁਰੂ ਸਾਹਿਬ ਦੇ ਨਾਲ ਸਾਡੀ ਨਿਗਾਹ ਪਵਿੱਤਰ ਹੋ ਜਾਏ। ਮਹਾਰਾਜ ਨੇ ਕਹਿਤਾ, ਖਾਲਸਾ ਪਰ ਦ੍ਰਿਸ਼ਟ ਤਿਆਗੇ, ਕਿੱਡਾ ਵੱਡਾ ਪਵਿੱਤਰ ਹੋ ਗਿਆ। ਖਾਲਸਾ ਪਰ ਧਨ ਤਿਆਗੇ, ਕਿੱਡੀ ਵੱਡੀ ਗੱਲ ਕਹਿ ਗਏ। ਖਾਲਸਾ ਕ੍ਰੋਧ ਤਿਆਗੇ। ਇਸ ਕਰਕੇ ਸਾਡੇ ਚ ਸਾਰੇ ਗੁਣ ਨੇ, ਕੁਆਲਟੀਆਂ ਲਈ ਬੈਠੇ ਅਸੀਂ, ਪਰ ਇਹ ਗੁਣ ਵੀ ਨਹੀਂ। ਹੁਣ ਕਿਹੜਾ ਖਾਲਸਾ ਜਿਹੜਾ ਪਰ ਦ੍ਰਿਸ਼ਟ ਤਿਆਗੇ? ਅਸੀਂ ਖਾਲਸਾ ਕਿਹਨੂੰ ਬਣਾ ਲਿਆ? ਦਸਤਾਰ ਬਣ ਲਈ, ਕੇਸ ਰੱਖ ਲਏ, ਤੇ ਚਿੰਨ੍ਹ ਬਣਾ ਲਿਆ, ਤੇ ਕਰੈਕਟਰ ਅੰਦਰ ਹੈਗੇ। ਇਸ ਗੱਲ ਨੂੰ ਮਹਾਰਾਜ ਨੇ ਖੰਡਨ ਕੀਤਾ ਹੈ। ਮਹਾਰਾਜ ਨੇ ਕਿਹਾ ਕਿ ਪਤ ਮੈਂ ਪੂਜਾ, ਤੂੰ ਪੂਜਾ ਕਰਨਾ ਨਾ, ਤੇਰੀ ਪਤ ਲੁੱਟੀ ਜਾ ਰਹੀ ਹੈ, ਤੇਰੀ ਪੂਜਾ ਕੀ ਕਰੇਗੀ? ਫਿਰ ਅੱਗੇ ਕਹਿਤਾ, ਸੱਤ ਮਿੰਟ ਸੰਜਮ, ਤੂੰ ਨੇ ਸੰਜਮਾਂ ਚ ਪੈ ਗਿਆ, ਸੱਤ ਤੇਰਾ ਕਾਇਮ ਨਹੀਂ। ਤੇ ਅੱਗੇ ਕਹਿਤਾ, ਜੱਤ ਮਿੰਟ ਕਹਾਂ ਜਨਾਊ, ਆਂਦਾ ਜਾ ਧਾਗਾ ਜਾ ਪੈ ਜਾ ਰਹੇ ਬਾਗ ਮਾਰੂ, ਜੱਤ ਤਾਂ ਤੇਰਾ ਕਾਇਮ ਹੈ ਨੀ। ਇਸ ਕਰਕੇ ਇੱਕ ਇੱਕ ਚੀਜ਼ ਮਹਾਰਾਜ ਨੇ ਐਸੀ ਦੱਸੀ ਕਿ ਦ੍ਰਿਸ਼ਟ ਵਿੱਚ ਕਿਵੇਂ ਰਹਿਣਾ ਹੈ। ਮਹਾਰਾਜ ਫਰਮਾਨ ਕਰਦੇ ਨੇ ਕਿ ਬਗਾਨੀ ਸਭਾ ਨਾ ਬੋਲੀਏ, ਆਂਦਾ ਵੇਖਣਾ ਕਿਤੇ ਕਿਸੇ ਦੀ ਸਭਾ ਲੱਗੀ ਜਾ ਕੇ ਬੋਲਣਾ, ਤੈਨੂੰ ਕੁੱਟ ਛੱਡਣਗੇ ਉੱਥੇ ਲੋਕ। ਫਿਰ ਮਹਾਰਾਜ ਕਹਿੰਦੇ ਨੇ, ਵਕਤੇ ਉੱਪਰ ਲੜ ਮਰੇ, ਅੰਮ੍ਰਿਤ ਵੇਲੇ ਸਭ ਆਲਾ ਬੇ, ਆਂਦਾ ਟਾਈਮ ਆਏਗਾ ਲੜਨ ਦਾ, ਕਿਤੇ ਰੋਜ਼ ਨੇ ਲੜੀ ਜਾਣਾ। ਤੇ ਮਹਾਰਾਜ ਅੰਮ੍ਰਿਤ ਵੇਲੇ ਸਭ ਅਲਾਪੇ, ਇੱਕ ਟਾਈਮ ਰੋਜ਼ ਲੜਾਈ ਦਾ ਹੈ ਕਿ ਖਿਆਲਾਂ ਦੇ ਨਾਲ ਲੜਾਈ ਕਰੋ ਚੰਗੇ ਖਿਆਲ ਬਣਾਉਣ ਵਾਸਤੇ। ਇਸ ਕਰਕੇ ਮਹਾਰਾਜ ਦੀ ਮੇਰ ਦੇ ਨਾਲ ਮੇਰੇ ਮਨ ਦੇ ਅੰਦਰ ਜਿੰਨੀ ਖੁਸ਼ੀ ਹੈ, ਜਾਂ ਉਹ ਰੱਬ ਜਾਣਦਾ ਤੇ ਜਾਂ ਬਾਬਾ ਸ੍ਰੀ ਚੰਦ ਜੀ ਜਾਣਦੇ ਹੋ। ਕੱਲ ਦਾ ਜਿਹੜਾ ਮੇਰਾ ਮਨ ਹੈ, ਉਹਦੋਂ ਖੁਸ਼ੀ ਦੇ ਨਾਲ ਨੱਚਦਾ ਹੈ।
ਕਿੰਨੀ ਖੁਸ਼ੀ ਦੀ ਗੱਲ ਏ ਕਿ ਸਾਰੇ ਤੁਸੀਂ ਇਕੱਠੇ ਬੈਠੇ ਤੇ ਮਹਾਰਾਜ ਦੀ ਮਿਹਰ ਦੇ ਨਾਲ ਜਿੱਥੋਂ ਦੇ ਵੀ ਹੋ ਸਕਦੀ ਸਾਰੇ ਖੋਜ ਕਰੋ ਤੇ ਮਹਾਰਾਜ ਦੀ ਮਿਹਰ ਦੇ ਨਾਲ ਸਾਰੀਆਂ ਕਿਤਾਬਾਂ ਤੁਹਾਡੀਆਂ ਗੋਬਿੰਦ ਸਿੰਘ ਵੱਲੋਂ ਛਪਾਈਆਂ ਜਾਣਗੀਆਂ ਜਿੰਨੀ ਮਰਜ਼ੀ ਖੋਜ ਕਰੋ ਤੇ ਜਿੱਥੇ ਇਹ ਸਵਾਲ ਹੈ ਕਿ ਜਾਣਾ ਹੈ ਸਭ ਕੁਛ ਤੁਹਾਡਾ ਇਹ ਮੈਂ ਦਿਲੋਂ ਹੀ ਕਹਿ ਰਿਹਾ ਇਹ ਕੋਈ ਅੰਦਰਲੀ ਗੱਲ ਹੈ ਮਹਾਰਾਜ ਜਾਣਦੇ ਹੀ ਨਹੀਂ ਇਸ ਕਰਕੇ ਮਹਾਰਾਜ ਦੀ ਮਿਹਰ ਦੇ ਨਾਲ ਅੱਜ ਤੋਂ ਲੈ ਕੇ ਆਪਾਂ ਸਾਰਿਆਂ ਮਹਾਰਾਜ ਦੀਆਂ ਮਿਹਰਾਂ ਮਹਾਰਾਜ ਦੀਆਂ ਬਖਸ਼ਾਂ ਆਪਾਂ ਲੈ ਲੈਣੀਆਂ ਨੇ ਕਿਉਂ ਮਹਾਰਾਜ ਕਦੋਂ ਮੇਰਾ ਦੇਰਾ ਸਵਾਸ ਸਵਾਸ ਸਿਮਰੋ ਗੋਬਿੰਦ ਸਵਾਸ ਸਵਾਸ ਦੇ ਨਾਲ ਮਹਾਰਾਜ ਜੀ ਰਾਮਦਾਸ ਫਰਮਾਨ ਕਰਦੇ ਨੇ ਮੇਰੀ ਜਿੰਦੜੀ ਖਿੱਚ ਢਿੱਲ ਨਾ ਕੀਜੇ ਸਭ ਆਵੇ ਜਾਂ ਨਾ ਆਵੇ ਕਹਿੰਦਾ ਢਿੱਲ ਨਾ ਕਰੋ ਨਾਮ ਜਪੀ ਜਾਓ ਕੀ ਪਤਾ ਜ਼ਿੰਦਗੀ ਦਾ ਇਸ ਕਰਕੇ ਮਹਾਰਾਜ ਦੀ ਮਿਹਰ ਮਹਾਰਾਜ ਦੀ ਕਿਰਪਾ ਬਹੁਤ ਖੁਸ਼ੀ ਦੀ ਗੱਲ ਹੈ ਕਿ ਤੁਸੀਂ ਸਾਰੇ ਬੜੇ ਪਿਆਰ ਦੇ ਨਾਲ ਆਏ ਤੇ ਨਾਲ ਪਿਆਰ ਦੇ ਤੁਸੀਂ ਸਾਰਿਆਂ ਸੁਣਿਆ ਤੇ ਬਾਬਾ ਜੀ ਦੇ ਬਾਰੇ ਸਾਰੇ ਤੁਸੀਂ ਖੋਜ ਕਰਕੇ ਆਏ ਤੇ ਮੈਨੂੰ ਇਹ ਪੱਕਾ ਭਰੋਸਾ ਹੈਗਾ ਸਾਰੇ ਜਿਵੇਂ ਮਹਾਰਾਜ ਦੀ ਮਿਹਰ ਦੇ ਨਾਲ ਸਾਰੇ ਗੋਡ ਬਲੈਸ ਉਸ ਗੋਡ ਨੇ ਤੁਹਾਨੂੰ ਬਲੈਸ ਕਰਤਾ ਸਾਰਿਆਂ ਨੂੰ ਮਹਾਰਾਜ ਦੀ ਮਿਹਰ ਦੇ ਨਾਲ ਮਹਾਰਾਜ ਬਖਸ਼ਿਸ਼ ਕਰਨ ਤੇ ਮਿਹਰ ਕਰਨ ਅਸੀਂ ਇਸੇ ਤਰ੍ਹਾਂ ਹੀ ਭੈਣ ਭਰਾ ਬਣੇ ਰਹੀਏ ਇਸੇ ਤਰ੍ਹਾਂ ਹੀ ਮਹਾਰਾਜ ਦੇ ਲੜ ਲੱਗੇ ਰਹੀਏ ਤੇ ਇੱਕ ਚੀਜ਼ ਦਾ ਖਾਸ ਹੀ ਖਿਆਲ ਰੱਖਣਾ ਜਿਹੜਾ ਬੰਦਾ ਚੜਾਵਾ ਲੈਂਦਾ ਹੈ ਉਹ ਕਦੀ ਵਾਸਤੇ ਧਾਰਮਿਕ ਬੰਦਾ ਨਹੀਂ ਬਣ ਸਕਦਾ ਜਿਹੜਾ ਬੰਦਾ ਵਿਹਲਾ ਰਹਿੰਦਾ ਹੈ ਉਹ ਕਦੀ ਵਾਸਤੇ ਧਾਰਮਿਕ ਨਹੀਂ ਬਣ ਸਕਦਾ ਕਿਉਂ ਮਹਾਰਾਜ ਗੁਰੂ ਨਾਨਕ ਸਾਹਿਬ ਨਾਲ ਵੱਡਾ ਕੋਣੀ ਉਹਨਾਂ ਨੇ ਕੀ ਕੀਤਾ ਖੇਤੀ ਕੀਤੀ ਵਿੱਚੋਂ ਲੰਗਰ ਲਾਇਆ ਤੇ ਨਾਲ ਕਹਿਤਾ ਜਿੱਥੇ ਕਿਹਾ ਪੰਡਤ ਕਰਮਾਂ ਕੇ ਕਾਰੀ ਕਹਿੰਦਾ ਉੱਠੋ ਕੰਮ ਕਰੋ ਸੰਸਾਰੀ ਫਿਰ ਉਹ ਕਹਿੰਦੇ ਨੇ ਉਹ ਤੁਹਾਨੂੰ ਅਸੀਂ ਰਸਤਾ ਦੱਸ ਰਿਹਾ ਮਹਾਰਾਜ ਕਾਲ ਖਾਏ ਕੁਛ ਹੱਥੋਂ ਦੇ ਨਾਨਕ ਰਾਓ ਪਛਾਣੇ ਸੇ ਮੰਨ ਲਿਆ ਤੁਹਾਨੂੰ ਮੈਂ ਰਸਤਾ ਦੱਸਾਂ ਕਿਰਤੀਆਂ ਦਾ ਰਸਤਾ ਕੀ ਹੈ ਰੱਬ ਦਾ ਰਸਤਾ ਹੈ ਜਿਹੜਾ ਕੰਮ ਕਰਕੇ ਗਰੀਬਾਂ ਨੂੰ ਵੰਡਦਾ ਰੱਬ ਦਾ ਰਸਤਾ ਹੈ ਤੇ ਮਹਾਰਾਜ ਨੇ ਫਿਰ ਕਿਹਾ ਕਿ ਆਓ ਨਾਮ ਵੀ ਜਪਣਾ ਕਿਰਤ ਵੀ ਕਰਨੀ ਤੇ ਵੰਡ ਕੇ ਵੀ ਖਾਣੇ ਇਕੱਲਿਆਂ ਨੀ ਖਾ ਜਾਣਾ ਇਸ ਕਰਕੇ ਮਹਾਰਾਜ ਦੀ ਮਿਹਰ ਦੇ ਨਾਲ ਆਪਾਂ ਉਸੇ ਮਿਸ਼ਨ ਦੇ ਉੱਤੇ ਖੜੇ ਹੋ ਜਾਈਏ ਕਿ ਜਿਹੜੀਆਂ ਮਹਾਰਾਜ ਦੀ ਆਵਾਜ਼ ਹੈ ਜਿਹੜਾ ਮਹਾਰਾਜ ਦਾ ਹੁਕਮ ਹੈ ਤੇ ਜੇ ਅਸੀਂ ਮੱਥਾ ਟੇਕਦੇ ਰਹਿ ਗਏ ਤੇ ਮਹਾਰਾਜ ਨੇ ਕਿਹਾ ਕਿ ਸੀਸ ਨੂੰ ਆਇਆ ਕਿਹਾ ਸੀ ਅੱਜ ਦਾ ਇੱਕ ਸੁਦਾ ਜਾ ਪ੍ਰਤੀ ਦੂਣਾ ਨਿਵੇਂ ਜੋ ਹਰਤਾ ਵਰਗਾ ਆਉਂਦਾ ਕਿ ਤੁਸੀਂ ਸ਼ਿਕਾਰੀਆਂ ਨੂੰ ਮੱਥਾ ਨਹੀਂ ਟੇਕਦਾ ਹੋਊਗਾ ਉਹਨੂੰ ਮੰਨਦਾ ਹੀ ਹੈ ਨੀ ਹੁਣ ਜਿਵੇਂ ਆਪਾਂ ਕਹਿ ਦਿੰਦੇ ਮੈਂ ਤਾਂ ਜੀ ਕੜਾਹ ਪ੍ਰਸ਼ਾਦ ਲੈ ਕੇ ਆਇਆ ਹੁਣ ਕੜਾਹ ਦਾ ਵਸਤੂਆਂ ਦਾ ਬਣਦਾ ਹੈ ਤੇ ਪ੍ਰਸ਼ਾਦ ਆਉਂਦੇ ਨੇ ਕਿਰਪਾ ਨੂੰ ਤੇ ਕਿਰਪਾ ਦਾ ਤਾਂ ਲੈ ਕੇ ਗੁਰਦੁਆਰੇ ਆਉਂਦੇ ਨੀ ਕੜਾਹ ਲੈ ਕੇ ਆ ਜਾਂਦੇ ਆ ਇਸ ਕਰਕੇ ਸਾਡਾ ਫਰਜ਼ ਬਣਦਾ ਹੈ ਕਿ ਅਸੀਂ ਕਿਰਪਾ ਲੈ ਕੇ ਆਈਏ ਕੜਾਹ ਪ੍ਰਸ਼ਾਦ ਤਾਂ ਘਰ ਵੀ ਕੜਾਹ ਦਾ ਬਣਾ ਲਾਂਗੇ ਉਹਦਾ ਵਸਤੂਆਂ ਦਾ ਬਣਦਾ ਹੈ ਤੇ ਗੁਰਦੁਆਰੇ ਆਪਾਂ ਕੀ ਲੈਣਾ ਉਹਨੇ ਕਿਰਪਾ 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 ਮਹਾਰਾਜ ਦੇ ਕਿੰਨੇ ਵਿਸ਼ਾਲ ਖਿਆਲ ਇਹ ਨੀ ਕਿਹਾ ਨਨਕਾਣਾ ਸਾਹਿਬ ਧੰਨ ਨੇ ਬਾਣੀ ਚ ਕਹਿੰਦੇ ਨੇ ਬਿੰਦਰਾਵਨ ਧੰਨ ਨੇ ਗੋਕਲ ਧੰਨ ਨੇ ਫਿਰ ਆਉਂਦੇ ਨੇ ਕਿ ਦਹੀਂ ਪਾਤ ਖਾਇਆ ਜੀਓ ਮਾਂ ਦਸੋਦ ਜੀਓ ਕਿਸੇ ਆਪਦੇ ਗੁਰੂ ਨੇ ਆਪਦੀ ਖੁਰਾਕ ਨੀ ਲਿਖੀ ਪਰ ਕ੍ਰਿਸ਼ਨ ਮਹਾਰਾਜ ਦੀ ਖੁਰਾਕ ਲਿਖ ਦਿੱਤੀ ਦਹੀਂ ਪਾਤ ਖਾਇਆ ਜੀਓ ਮਾਂ ਦਸੋਦ ਜੀਓ ਇੱਕ ਦਿਨ ਕਹਿੰਦੇ ਨੇ ਆਪ ਨਾ ਦਿਓ ਚੁਲੀ ਫਰ ਪਾਣੀ ਜੈ ਨਿੰਦੇ ਤੈ ਗੰਗਾ ਆਣੀ ਆਂਦੇ ਨੇ ਸ਼ਿਵ ਜੀ ਮਾਰੇ ਨਿੰਦਿਆ ਨਾ ਕਰੋ ਗੰਗਾ ਲਿਆਂਦੀ ਹੋਈ ਉਹਨੇ ਹਨੂਮਾਨ ਗਰ ਸਮਾਨਾ ਆਂਦੇ ਨੇ ਹਨੂਮਾਨ ਵੀ ਇੱਕ ਇਹਦੀ ਤਾਕਤ ਹੈ ਕਿ ਜਿਵੇਂ ਗਰੜ ਵਿਸ਼ਨੂੰ ਦੇ ਕੋਲ ਰਹਿੰਦਾ ਹੈ ਤੇ ਹਨੂਮਾਨ ਰਾਮ ਚੰਦਰ ਦੇ ਕੋਲ ਰਹਿੰਦਾ ਹੈ ਇਹ ਗਰੜ ਸਮਾਨਾ ਹੁਣ ਪਤਾ ਲੱਗਿਆ ਗਰੜ ਕੀ ਸੀ ਪਰ ਮਹਾਰਾਜ ਪਹਿਲੇ ਵੀ ਬਾਣੀ ਚ ਲਿਖ ਦਿੱਤਾ ਰਾਮ ਕਥਾ ਜੁਗ ਜੁਗ ਟਲ ਮਹਾਰਾਜ ਰਹਿ ਰਹਿ ਚ ਕਹਿੰਦੇ ਨੇ ਰਾਮ ਦੀ ਕਥਾ ਜੁਗ ਜੁਗ ਟਲ ਹੀ ਦੁਨੀਆਂ ਚ ਰਹੇਗੀ ਇਸ ਕਰਕੇ ਜਦੋਂ ਵੀ ਕਿਸੇ ਚੀਜ਼ ਤੇ ਬੋਲਣਾ ਹੈ ਗੁਰੂ ਗੋਬਿੰਦ ਸਿੰਘ ਸਰਵਵਿਆਪੀ ਹੈ ਸਾਰੇ ਪੀਰ ਪਕੰਬਰ ਔਲੀਏ ਜਿੱਥੋਂ ਆਏ ਨੇ ਗੁਰੂ ਗੋਬਿੰਦ ਸਿੰਘ ਉਹ ਰੋਸ਼ਨੀ ਦੇ ਵਿੱਚ ਹਰ ਵੇਲੇ ਰਹਿੰਦਾ ਤੇ ਗੁਰੂ ਗੋਬਿੰਦ ਸਿੰਘ ਨੂੰ ਕਿਹਾ ਮਜਬੂਰਾ ਬਣਾ ਲੈਣਾ ਗੁਰੂ ਗੋਬਿੰਦ ਸਿੰਘ ਨੂੰ ਦਹਿਰਾ ਨਾ ਬਣਾ ਲੈਣਾ ਗੁਰੂ ਗੋਬਿੰਦ ਸਿੰਘ ਜੋ ਕੁਛ ਹੈ ਜੋ ਬੋਲਿਆ ਉਹ ਹੀ ਅੱਗੇ ਬੋਲੀ ਜਾਓ ਤੇ ਫਿਰ ਕੀ ਬਣੇਗਾ ਸਾਰੇ ਵਿਸ਼ਵ ਦੇ ਵਿੱਚ ਤੁਸੀਂ ਵੇਖਣਾ ਐਸਾ ਟਾਈਮ ਆਏਗਾ ਕਿ ਲੋਕ ਫਖਰ ਕਰਨਗੇ ਕਿ ਮੇਰੇ ਘਰ ਵੀ ਜਾਪ ਸਾਹਿਬ ਦਾ ਪਾਠ ਪਿਆ ਹੈ ਕਿਉਂ ਜਾਪ ਸਾਹਿਬ ਦਾ ਪਾਠ ਇੱਕ ਬੜੀ ਬਹੁਤ ਹੀ ਜ਼ਬਰਦਸਤ ਚੀਜ਼ ਹੈ ਤੁਸੀਂ ਵੇਖੋ ਜਿਵੇਂ ਆਪਣੇ ਕਹਿੰਦੇ ਨੇ ਕਿ ਨੌ ਗ੍ਰਹਿ ਹੁੰਦੇ ਨੇ ਜੇ ਇੱਕ ਗ੍ਰਹਿ ਦਾ ਮੰਤਰ ਪੜੋ ਪਰ ਗੁਰੂ ਗੋਬਿੰਦ ਸਿੰਘ ਧੰਨ ਨੇ ਜਿਹਨੇ ਨੌ ਗ੍ਰਹਿਆਂ ਦੇ ਮੰਤਰੀ ਜਾਪ ਸਾਹਿਬ ਦੇ ਵਿੱਚ ਲਿਖ ਦਿੱਤੇ ਤੇ ਕੋਈ ਵੀ ਕਹਿੰਦੇ ਗ੍ਰਹਿ ਲੱਗਦਾ ਜਾਪ ਸਾਹਿਬ ਪੜੋ ਗ੍ਰਹਿ ਸਭ ਖਤਮ ਹੋ ਗਏ ਇਸ ਕਰਕੇ ਮਹਾਰਾਜ ਦੀ ਮਿਹਰ ਦੇ ਨਾਲ ਮੈਂ ਕੋਈ ਲਚਕਦਾਰ ਹੈ ਨੀ ਮੈਂ ਤਾਂ ਕਿਰਤੀ ਆਦਮੀ ਆ ਮਹਾਰਾਜ ਮਿਹਰ ਕਰੇ ਮੈਨੂੰ ਵੀ ਬਖਸ਼ ਲੈ ਤੇ ਨਾਲ ਤੁਹਾਨੂੰ ਵੀ ਬਖਸ਼ ਲੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਥਾਈ ਹੋਏ ਸਹਾਰਾਏ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸਭ ਥਾਈ ਹੋਏ ਸਹਾਰਾਏ ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਤਾਂ ਬੋਲੋ ਜੀ ਵਾਹਿਗੁਰੂ ਚਾਰ ਸਾਹਿਬਜ਼ਾਦੇ ਪੰਜ ਪਿਆਰੇ ਚਾਲੀ ਮੁਕਤੇ ਕਮਾਈ ਦਾ ਧਿਆਨ ਤਾਂ ਬੋਲੋ ਜੀ ਵਾਹਿਗੁਰੂ ਜਪੀਆਂ ਦੱਬੀਆਂ ਨਾਮ ਜਪਿਆ ਵੰਡ ਛਕਿਆ ਵੇਗ ਚਲਾਈ ਨਤਾਣਿਆਂ ਦੇ ਤਾਂ ਸੱਚੇ ਪਿਤਾ ਵਾਹਿਗੁਰੂ ਅਖੰਡ ਪਾਠ ਰਖਾਏ ਹੋਏ ਸਨ ਕੋਪ ਪਿਆ ਹੈ ਉਹਨਾਂ ਚ ਕੋ ਮਾਫ ਕਰਨੀ ਆ ਨਾਮ ਦੀ ਦੌਤ ਬਖਸ਼ਿਸ਼ ਕਰਨੀ ਸਿੱਖੀ ਸਿਦਕ ਬਖਸ਼ਣਾ ਭਰੋਸਾ ਬਖਸ਼ਣਾ ਦੁੱਖਾਂ ਪੇਸ਼ਾਂ ਦਾ ਨਾਸ਼ ਕਰਨਾ ਆਪ ਆਪਣਾ ਮੇਲ ਭਰਿਆ ਹੱਥ ਆਪਣੇ ਸੇਵਕਾਂ ਦੇ ਸਿਰ ਤੇ ਸਦਾ ਹੀ ਦੇ ਕੇ ਰੱਖਣਾ ਪਿਆਰ ਕਰੋ ਮਿਹਰ ਕਰੋ ਸਦਾ ਚੜ੍ਹਦੀਆਂ ਕਲਾਂ 'ਚ ਰੱਖਣਾ ਹਰ ਮੈਦਾਨ ਫਤਿਹ ਕਰਨੀ ਫਤਿਹ ਬਖਸ਼ੋ ਚੜ੍ਹਦੀ ਕਲਾ ਬਖਸ਼ੋ ਗੋਬਿੰਦ ਸਿੰਘ ਦੀ ਹਰ ਮੈਦਾਨ ਫਤਿਹ ਹੋਵੇ ਤਰਾ ਪ੍ਰਸ਼ਾਦ ਦੇ ਹਾਜ਼ਰ ਹੈ ਲਾਓ ਭੋਗ ਹਰ ਰਾਏ ਅੜੇ ਸੋ ਚੜੇ ਸਰਨ ਪੜੇ ਸੋਦਰੇ ਗੁਰੂ ਨਾਨਕ ਗੁਰੂ ਗੋਬਿੰਦ ਸਿੰਘ ਨਾਮ ਜੀ ਚੜ੍ਹਦੀ ਕਲਾ ਤੇਰੇ ਪਾਣੀ ਸੰਗਤ ਬੋਲੇ ਸੋ ਨਿਹਾਲ ਮਹੱਲਾ ਪੰਜਵਾਂ ਜਿਸਕੇ ਸਿਰ ਉੱਪਰ ਤੂੰ ਸਵਾਮੀ ਸੋ ਦੁੱਖ ਕੈਸਾ ਪਾਵੇ ਬੋਲ ਨਾ ਜਾਣੇ ਮਾਇਆ ਮਦ ਮਾਤਾ ਮਰਨਾ ਚੀਤ ਨਾ ਆਵੇ ਮੇਰੇ ਰਾਮ ਰਾਏ ਤੂੰ ਸੰਤਾਂ ਕਾ ਸੰਤ ਤੇਰੇ ਤੇਰੇ ਸਬਕ ਕੋ ਪਾਉ ਕਿਛ ਨਾਹੀਂ ਜਮ ਨਹੀਂ ਆਵੇ ਮੇਰੇ ਰਹਾਉ ਅੰਮ੍ਰਿਤ ਨਾਮ ਨਿਰਮੋਲ ਕੀ ਪੀੜਾ ਗੁਰਦੀਨੋ ਮੰਤਾ ਨਹੀਂ ਦਿਗੈ ਨਾ ਡੋਲੇ ਦਿਲ ਕਰ ਰਹੇ ਹੋ ਪੂਰਨ ਹੋਏ ਤ੍ਰਿਪਤਾਨੀ ਹੋਏ ਜੋ ਬੀਚ ਹਮ ਤੁਮ ਕਛੇ ਪੋਤੇ ਬਿਨ ਕੀ ਬਾਤ ਬਿਲਾਨੀ ਅਲੰਕਾਰ ਮਿਲ ਥੈਲੀ ਹੋਈ ਹੈ ਤਾਂ ਤੇ ਕਨਕ ਖਾਨੀ ਆਰਤਾ ਕੀ ਜੈ ਨਾ ਸਿੰਘ ਸ਼ਾਹ ਨਾਨਕ